ਰੈਵਨਿਊ ਪਟਵਾਰੀ ਯੂਨੀਅਨ ਜਿੰਦਾਬਾਦ ਜਿੰਦਾਬਾਦ ਦੀ ਰੈਵਨਿਊ ਪਟਵਾਰੀ ਯੂਨੀਅਨ ਜਿੰਦਾਬਾਦ ਜਿੰਦਾਬਾਦ। ਦੇਖੋ ਜੀ, ਇੱਕ ਮਾਨਕੀ ਦੇ ਪਿੰਡ ਦੇ ਵਿੱਚ ਇੱਕ ਡੇਰੇ ਦੀ ਜ਼ਮੀਨ ਆ ਜਿਹਦੇ ਕੁਝ ਲੋਕ ਇੰਤਕਾਲ ਚੜ੍ਹਾਉਣ ਲਈ ਆਏ ਸੀਗੇ। ਉਹ ਸੀਗਾ ਜੀ ਸਾਧੂ ਦਾਸ ਚੇਲਾ, ਕੀ ਸੀਗਾ, ਅਨੰਤ ਰਾਮ। ਅਤੇ ਉਹਦੇ ਵਿੱਚ ਕੀ ਹੁੰਦਾ ਜੀ, ਜਿਹੜਾ ਚੇਲੇ ਵਾਲੀ ਜ਼ਮੀਨ ਹੁੰਦੀ ਆ ਅੱਗੇ ਚੇਲੇ ਨੂੰ ਹੀ ਜਾਂਦੀ ਆ, ਉਹ ਐਜ਼ ਏ ਮੈਨੇਜਰ ਐਕਟ ਕਰਦਾ ਵਾ। ਪਰ ਜਿਹੜੇ ਉਹ ਜਿਹਦੀ ਡੈਥ ਹੋਈ ਆ ਸਾਧੂ ਦਾਸ ਦੀ, ਅਤੇ ਉਹਦੇ ਮੁੰਡੇ ਆ ਕੇ ਆਪਣੇ ਇੰਤਕਾਲ ਚੜ੍ਹਾਉਣ ਲਈ ਆਏ ਸੀਗੇ, ਜੋ ਕਿ ਨਹੀਂ ਹੋ ਸਕਦਾ ਹੈਗਾ। ਪਰ ਉਹਨਾਂ ਵੱਲੋਂ ਬਹੁਤ ਜ਼ਿਆਦਾ ਪ੍ਰੈਸ਼ਰ ਪਾ ਕੇ ਪਟਵਾਰੀ ਵੱਲੋਂ ਇੰਤਕਾਲ ਦਰਜ ਕਰਵਾਇਆ ਗਿਆ, ਅਤੇ ਪਟਵਾਰੀ ਵੱਲੋਂ ਅੱਗੇ ਤਹਿਸੀਲਦਾਰ ਸਾਹਿਬ ਨੂੰ ਮਨਜ਼ੂਰੀ ਲਈ ਭੇਜਿਆ ਗਿਆ। ਪਰ ਜਿਵੇਂ ਕਿ FCR ਸਾਹਿਬ ਦੇ ਹੁਕਮ ਨੇ, ਪੰਜਾਬ ਸਰਕਾਰ ਦੇ ਹੁਕਮ ਨੇ, ਉਹ ਇੰਤਕਾਲ ਸਿਰਫ FCR ਹੀ ਕਰ ਸਕਦੇ ਆ, FCR ਸਾਹਿਬ ਹੀ ਕਰ ਸਕਦੇ ਆ। ਇਸ ਲਈ ਤਹਿਸੀਲਦਾਰ ਸਾਹਿਬ ਵੱਲੋਂ ਨਾਮਨਜ਼ੂਰ ਕੀਤਾ ਗਿਆ। ਅਤੇ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਇੰਤਕਾਲ ਨਾਮਨਜ਼ੂਰ ਹੋ ਗਿਆ, ਉਹਨਾਂ ਨੇ ਆ ਕੇ ਪਟਵਾਰੀ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰਤੀ, ਅਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਕਿ ਅਸੀਂ ਉਹਨਾਂ 'ਤੇ ਇਲਜ਼ਾਮ ਲਾਇਆ ਕਿ ਤੁਸੀਂ 7 ਲੱਖ ਰੁਪਏ ਮੰਗ ਕੀਤਾ ਸੀਗਾ। ਜਦਕਿ ਮੈਂ ਇਹ ਚੀਜ਼ ਦੀ ਗਰੰਟੀ ਲੈਂਦਾ, ਪੂਰੀ ਪਟਵਾਰੀ ਉਹਨੇ ਇਸ ਗੱਲ ਦੀ ਗਰੰਟੀ ਲੈਂਦੀ ਆ ਵੀ 1 ਰੁਪਇਆ ਵੀ ਨਹੀਂ ਮੰਗਿਆ ਗਿਆ। ਜੇ 1 ਰੁਪਇਆ ਵੀ ਮੰਗਿਆ ਗਿਆ, ਉਹਦੇ ਵਾਸਤੇ ਜ਼ਿੰਮੇਵਾਰ ਅਸੀਂ ਖੁਦ ਹੋਵਾਂਗੇ। ਕਿਉਂਕਿ ਇਹ ਮਾਮਲਾ ਸੀਗਾ, ਅਤੇ ਉਹਨਾਂ ਵੱਲੋਂ ਆ ਕੇ ਇਹ ਵੀ ਕਿਹਾ ਗਿਆ ਕਿ ਅਸੀਂ ਸਲਵਾਸ ਖਾ ਲਾਂਗੇ। ਇਹਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸਾਡਾ ਇੰਤਕਾਲ ਮਨਜ਼ੂਰ ਕਰਾਇਆ ਜਾਵੇ, ਨਹੀਂ ਤਾਂ ਅਸੀਂ ਇੱਥੇ ਆ ਕੇ ਹੁੱਲੜਬਾਜ਼ੀ ਵੀ ਕੀਤੀ ਗਈ, ਜਿਵੇਂ ਤੁਸੀਂ ਦੇਖਿਆ ਹੀ ਸੀਗਾ, ਉਹਦੀ ਵੀਡੀਓ ਵੀ ਆਈ ਆ। ਇਹ ਪੂਰਾ ਮਾਮਲਾ ਸੀਗਾ ਜੀ। ਜਿਹਨਾਂ ਨੇ ਹੁੱਲੜਬਾਜ਼ੀ ਕੀਤੀ ਆ, ਹਾਂਜੀ, ਤੇ ਉਹ ਕੌਣ ਲੱਗਦੇ ਨੇ, ਮਾਲਕ ਨੇ ਜ਼ਮੀਨ ਦੇ? ਨਹੀਂ ਜੀ, ਉਹ ਮਾਲਕ ਨਹੀਂ ਹੈਗੇ ਜ਼ਮੀਨ ਦੇ, ਉਹ ਏਜੰਟ ਨੇ। ਉਹਨਾਂ ਕੁਝ 4-5 ਵਿਅਕਤੀ ਸੀਗੇ ਜੋ ਸੁਣ ਚ ਆਇਆ ਕਿ ਉਹ ਡੀਲਰ ਨੇ, ਕਿ ਉਹਨਾਂ ਨੇ ਉਹ ਜ਼ਮੀਨ ਦਾ ਸੌਦਾ ਵਗੈਰਾ ਕੀਤਾ ਹੋਇਆ ਸੀਗਾ ਅੱਗੇ। ਪਰ ਸੌਦੇ ਦੀ ਗੱਲ ਤਾਂ ਆਉਂਦੀ ਹੈ ਜੇ ਉਹ ਇੰਤਕਾਲ ਮਨਜ਼ੂਰ ਹੋਏਗਾ, ਠੀਕ ਹੈ। ਉਹ ਗਲਤ ਤਰੀਕੇ ਨਾਲ ਰਜਿਸਟਰੀ ਕਰਵਾਉਣਾ ਚਾਹੁੰਦੇ ਸੀਗੇ, ਡੇਰੇ ਦੀ ਜ਼ਮੀਨ ਹੜੱਪ ਕੇ ਅੱਗੇ ਵੇਚ ਕੇ ਪੈਸੇ ਬਣਾਉਣਾ ਚਾਹੁੰਦੇ ਸੀਗੇ। ਡਾਕੂਮੈਂਟੇਸ਼ਨ 'ਚ ਕੋਈ ਕਮੀ ਸੀ? ਇਹ ਡਾਕੂਮੈਂਟੇਸ਼ਨ ਵਿੱਚ ਵੀ ਕਮੀ ਸੀਗੀ, ਅਤੇ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਡੇਰੇ ਦੀ ਜ਼ਮੀਨ ਆ ਉਹ ਅੱਗੇ ਚੇਲੇ ਨੂੰ ਹੀ ਜਾਂਦੀ ਆ, ਪਰ ਉਹ ਜਿਹੜੇ ਬੰਦੇ ਸੀ ਉਹ ਮੁੰਡੇ ਸੀਗੇ, ਉਹਦੇ ਜਿਹੜਾ ਡੇਰੇ ਦਾ ਹੈੱਡ ਸੀਗਾ ਉਹਦੇ ਮੁੰਡੇ ਸੀਗੇ। ਉਹ ਚੇਲੇ ਨੂੰ ਜ਼ਮੀਨ ਜਾਣੀ ਹੁੰਦੀ ਹੈ, ਪਰ ਉਹ ਮੁੰਡਿਆਂ ਨੂੰ ਨਹੀਂ ਜਾ ਸਕਦੀ ਹੈਗੀ। ਜਿਹੜੇ ਮੁੰਡੇ ਆ ਉਹ ਡੇਰੇ ਜ਼ਮੀਨ ਆਪਣੇ ਨਾਂ ਤੇ ਕਰਾ ਕੇ ਅੱਗੇ ਵੇਚਣਾ ਚਾਹੁੰਦੇ ਸੀਗੇ, ਜਿਹੜੇ 7 ਕਿੱਲੇ ਸੀਗੇ। 7 ਕਿੱਲੇ? ਹਾਂਜੀ, 7 ਕਿੱਲੇ ਸੀਗੇ ਜੀ। ਅਸੀਂ ਉਹਨਾਂ ਦੇ ਖਿਲਾਫ ਮਤਾ ਪਾਇਆ ਪਟਵਾਰੀ ਯੂਨੀਅਨ ਦਾ, ਅਤੇ ਉਹਨਾਂ ਖਿਲਾਫ ਅਸੀਂ ਲਿਖ ਕੇ SDM ਸਾਹਿਬ ਨੂੰ ਭੇਜਿਆ ਵਾ, DSP ਸਾਹਿਬ ਨੂੰ ਭੇਜਿਆ ਵਾ, ਅਤੇ ਉਹਨਾਂ ਵੱਲੋਂ ਇਹ ਸਾਨੂੰ ਆਸ਼ਵਾਸਨ ਦਵਾਇਆ ਗਿਆ ਕਿ ਉਹਨਾਂ 'ਤੇ ਕਾਰਵਾਈ ਕੀਤੀ ਜਾਊਗੀ। ਪਰ ਜਦੋਂ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਅਤੇ ਉਹਨਾਂ 'ਤੇ FIR ਦਰਜ ਨਹੀਂ ਹੁੰਦੀ, ਉਦੋਂ ਤੱਕ ਅਸੀਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਬੈਠਾਂਗੇ। ਇੰਤਕਾਲ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਜਿਵੇਂ ਹੁਣ ਆਪਾਂ ਸਬਮਿਟ ਕਰਦੇ ਹਾਂ, ਹਾਂਜੀ, ਤੇ ਸਬਮਿਟ ਕਰਨਾ ਜ਼ਰੂਰੀ ਸੀਗਾ ਪਹਿਲਾਂ? ਜੇ ਸਬਮਿਟ ਹੀ ਨਾ ਕਰਦੇ? ਨਹੀਂ, ਇਸ ਪਤਾ ਕੀ ਹੁੰਦਾ ਜੀ, 45 ਦਿਨ ਦਾ ਟਾਈਮ ਹੁੰਦਾ ਜੇ ਪਟਵਾਰੀ ਦਰਜ ਕਰਦਾ ਵਾ ਇੰਤਕਾਲ, 45 ਦਿਨ ਦੇ ਵਿੱਚ ਫੈਸਲਾ ਕਰਨਾ ਹੁੰਦਾ ਵਾ। ਅਤੇ ਜਦੋਂ ਦੇਖਿਆ ਕਿ ਇਹ 45ਵੇਂ ਦਿਨ ਹੀ ਜਾ ਕੇ ਨਾਮਨਜ਼ੂਰ ਕੀਤਾ ਗਿਆ ਇੰਤਕਾਲ, ਠੀਕ ਹੈ ਜੀ, ਕਿਉਂਕਿ ਹੋਰ ਕੋਈ ਆਪਸ਼ਨ ਬਚੀ ਨਹੀਂ ਸੀਗੀ, ਕਿਉਂਕਿ ਇਹ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਇਹ ਡੇਰੇ ਦੀ ਜ਼ਮੀਨ ਆ, ਇਸ ਲਈ ਉਹਦਾ ਫੈਸਲਾ ਨਾਮਨਜ਼ੂਰ ਹੋਣਾ ਹੀ ਸੀਗਾ। ਹੜਤਾਲ ਕਿੰਨੇ ਦਿਨ? ਹੜਤਾਲ ਜੀ ਅਣਮਿੱਥੇ ਸਮੇਂ ਲਈ ਆ, ਜਦੋਂ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਹਨਾਂ 'ਤੇ FIR ਦਰਜ ਨਹੀਂ ਹੁੰਦੀ। ਉਦੋਂ ਤੱਕ ਵੱਖਰੀਆਂ ਤਹਿਸੀਲਾਂ ਦੇ ਵਿੱਚ ਜਿਹੜੇ ਪਟਵਾਰੀ ਨੇ ਉਹਨਾਂ ਨਾਲ ਵੀ ਤੁਸੀਂ ਕੀਤਾ ਕੰਟੈਕਟ? ਦੇਖੋ ਜੀ, ਸਾਡੀ ਜਿਹੜੀ ਸਮਰਾਲ ਤਹਿਸੀਲ ਆ ਲੁਧਿਆਣੇ ਜ਼ਿਲ੍ਹੇ ਦੇ ਅੰਡਰ ਆਉਂਦੀ ਆ, ਅਤੇ ਸਾਡੇ ਜਿਹੜੇ ਲੁਧਿਆਣੇ ਦੇ ਪ੍ਰਧਾਨ ਨੇ ਵਰਿੰਦਰ ਰਿਖੀ ਜੀ, ਉਹਨਾਂ ਨਾਲ ਗੱਲ ਹੋਈ ਆ, ਉਹਨਾਂ ਸਾਡੇ ਨਾਲ ਪੂਰਾ ਸਮਰਥਨ ਆ, ਅਤੇ ਉਹ ਸਾਡੇ ਨਾਲ ਮੋਢਾ ਦੇ ਮੋਢੇ ਨਾਲ ਜੋੜ ਕੇ ਖੜੇ ਨੇ, ਅਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਚੰਮਲਾਲ ਪਟਵਾਰੀ ਨੂੰ, ਉਦੋਂ ਤੱਕ ਅਸੀਂ ਹੜਤਾਲ 'ਤੇ ਬੈਠੇ ਰਹਾਂਗੇ। ਕਰਨਾ ਇਹੀ ਆ ਜੀ, ਆਪਾਂ ਪਹਿਲਾਂ ਵੀ ਜਿਵੇਂ ਤੁਹਾਨੂੰ ਪਤਾ ਹੀ ਆ ਕਿ 2-3 ਦਿਨ ਹੋ ਗਏ ਇਹ ਸਾਡੇ ਚੰਮਲਾਲ ਪਟਵਾਰੀ ਪਰਿਵਾਰ ਹਲਕਾ ਮਾਨਕੀ ਜਿਹਦੇ ਵਿੱਚ ਇਹਨਾਂ ਕੋਲ ਇੱਕ ਵਿਰਾਸਤ ਦਾ ਇੰਤਕਾਲ ਆਇਆ ਸੀ, ਸਾਧੂ ਸਿੰਘ ਚੇਲਾ ਅਨੰਤ ਰਾਮ ਵਾਲਾ। ਉਹਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਆ ਕੇ ਇੱਕ ਤਾਂ ਜੋ ਕਾਗਜ਼ਾਤ ਦਿੱਤੇ ਗਏ ਨੇ ਉਹਨਾਂ ਵਿੱਚ ਖਾਮੀਆਂ ਸੀਗੀਆਂ, ਕੁਰਸੀਨਾਮਾ ਕਿਸੇ ਨੰਬਰਦਾਰ ਵੱਲੋਂ ਤਸਦੀਕ ਨਹੀਂ ਕੀਤਾ ਗਿਆ ਹੈਗਾ,
ਤੇ ਨੰਬਰ 2 ਦੇ ਉੱਤੇ ਜਿਹੜਾ ਇੰਤਕਾਲ ਆ ਉਹ ਬਾਈ ਤਮਾਮ ਵਾਲਾ ਹੁੰਦਾ ਹੁੰਦਾ ਤੇ ਇਹ ਗਲਤ ਤਰੀਕੇ ਨਾਲ ਸਾਡੇ ਪਟਵਾਰੀ ਤੇ ਪ੍ਰੈਸ਼ਰ ਪਾ ਕੇ ਉਤੋਂ ਕੁਰਸੀਨਾਮੇ ਮੁਤਾਬਕ ਜਿਹੜੀ ਵਿਰਾਸਤ ਆ ਉਹ ਕਰਾਉਣੀ ਚਾਹੁੰਦੇ ਸੀ ਜੋ ਕਾਨੂੰਨਾਂ ਦੇ ਖਿਲਾਫ ਆ ਤੇ ਅਸੀਂ ਇਹੀ ਚਾਹੁੰਦੇ ਹਾਂ ਵੀ ਜਿਹੜੀ ਇਹ ਬਣਦੀ ਕਾਰਵਾਈ ਆ ਬੰਦਿਆਂ ਨੇ ਉਰੇ ਆ ਕੇ ਆਪਣੇ ਹੁੱਲੜਬਾਜ਼ੀ ਕੀਤੀ ਆ ਅਤੇ ਗਾਲੀ ਗਲੋਚ ਵੀ ਕੀਤਾ ਸਾਡੇ ਪਟਵਾਰੀਆਂ ਦੇ ਐਕਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਇਹ ਕਿੰਨੇ ਦਿਨ ਤੱਕ ਜਾਰੀ ਰਹੂ ਇਹ ਦੇਖੋ ਜੀ ਅਸੀਂ ਮਤਾ ਦਿੱਤਾ ਐਸ ਡੀ ਐਮ ਸਾਹਿਬ ਨੂੰ ਅਤੇ ਡੀ ਐਸ ਪੀ ਸਾਹਿਬ ਨੂੰ ਵੀ ਭੇਜਿਆ ਹੋਇਆ ਤਹਿਸੀਲਦਾਰ ਸਾਹਿਬ ਨੂੰ ਵੀ ਦਿੱਤਾ ਹੋਇਆ ਅਤੇ ਜਦੋਂ ਤੱਕ ਇਹਨਾਂ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਅਸੀਂ ਅਣਮਿੱਥੇ ਸਮੇਂ ਲਈ ਸਟ੍ਰਾਈਕ 'ਤੇ ਬੈਠੇ ਹਾਂ ਜਿਹੜੇ ਲੋਕ ਕੰਮ ਕਰਾਉਣ ਆਉਂਦੇ ਨੇ ਪਰੇਸ਼ਾਨ ਹੁੰਦੇ ਨੇ ਉਹਨਾਂ ਲਈ ਦੇਖੋ ਜੀ ਇਹ ਹੁਣ ਪਰੇਸ਼ਾਨ ਅਸੀਂ ਚਾਹੁੰਦੇ ਨਹੀਂ ਹੈਗੇ ਵੀ ਇਹ ਕੋਈ ਹੋਵੇ ਪਰ ਇਹ ਸਾਡੀ ਇੱਕ ਮਜਬੂਰੀ ਬਣ ਚੁੱਕੀ ਆ ਅਤੇ ਕੱਲ੍ਹ ਨੂੰ ਕੋਈ ਵੀ ਬੰਦਾ ਉੱਠ ਕੇ ਆ ਕੇ ਦਫ਼ਤਰ ਦੇ ਵਿੱਚ ਕਿਸੇ 'ਤੇ ਵੀ ਇਲਜ਼ਾਮ ਲਾ ਸਕਦਾ ਵਾ ਠੀਕ ਆ ਜਿਹੜੀ ਕਿ ਗੱਲ ਬੇਬੁਨਿਆਦ ਆ ਕੋਈ ਵਧੀਆ ਗੱਲ ਨਹੀਂ ਹੈਗੀ ਇਹ ਜ਼ਰੂਰੀ ਸੇਵਾਵਾਂ ਲਈ ਹਾਂਜੀ ਹਾਂਜੀ ਹਾਂ ਜਿਵੇਂ ਸਰਟੀਫਿਕੇਟ ਨੇ ਕੋਈ ਬੱਚੇ ਦੇ ਆਪਣੇ ਪੜ੍ਹਾਈ ਨਾਲ ਪੜ੍ਹਦੇ ਨੇ ਕੋਈ ਸਕੂਲ 'ਚ ਦੇਣਾ ਉਹ ਅਸੀਂ ਕਰ ਰਹੇ ਹਾਂ ਸਿਰਫ ਮਾਲ ਦਾ ਜੋ ਰੈਵਨਿਊ ਦਾ ਕੰਮ ਆ ਉਹ ਹਰਵਿੰਦਰ ਸਿੰਘ ਜਨਰਲ ਸਕੱਤਰ ਰੈਵਨਿਊ ਪਟਵਾਰ ਜਨਰਲ ਸਕੱਤਰ ਹੈ ਔਰ ਅੱਜ ਧਰਨਾ ਲਗਾਇਆ ਗਿਆ ਸਮਰਾਲਾ ਪਟਵਾਰ ਦੇ ਵਿੱਚ ਸਾਰੇ ਪਟਵਾਰੀਆਂ ਦੇ ਕੀ ਮਾਮਲਾ ਹੈ ਇਹ ਕਿ ਸਾਡੇ ਚਮਨਲਾਲ ਪਟਵਾਰੀ ਨੂੰ ਇਨਸਾਫ ਮਿਲੇ ਮਤਲਬ ਉਹਦੇ ਨਾਲ ਜਾਤੀ ਕੀਤੀ ਗਈ ਹੈ ਕੀ ਜਾਤੀ ਕੀਤੀ ਗਈ ਸੀ ਉਹਨਾਂ ਦੇ ਇਹਨਾਂ ਨੇ ਗਲਤ ਇਲਜ਼ਾਮ ਲਾਇਆ ਕਿ ਹਾਂ ਵੀ 7 ਲੱਖ ਰਿਸ਼ਵਤ ਮੰਗੀ ਗਈ ਹੈ ਕੀ ਡਿਟੇਲ ਦੱਸਦੇ ਉਹਨਾਂ ਕੋਈ ਬਰਾਤ ਦਾ ਇੰਤਕਾਲ ਮਤਲਬ ਹੈ ਮਹਿਤਮਾ ਦਾ ਸੀਗਾ ਉਹ ਚੇਲੇ ਨੂੰ ਚੜ੍ਹਾਉਣਾ ਵੈਸੇ ਕਾਨੂੰਨ ਮੁਤਾਬਕ ਚੇਲੇ ਨੂੰ ਚੜ੍ਹਾਉਣਾ ਹੁੰਦਾ ਉਹ ਇਹਨਾਂ ਤੋਂ ਉਹਨਾਂ ਧੱਕੇ ਨਾਲ ਬਰਾਤ ਦਾ ਇੰਤਕਾਲ ਚੜ੍ਹਵਾ ਲਿਆ ਕੁਰਸੀਨਾਮੇ ਥਰੂ ਫਿਰ ਉਹਨਾਂ ਨੇ ਤਹਿਸੀਲਦਾਰ ਤੋਂ ਮਨਜ਼ੂਰੀ ਦੇ ਭੇਜਿਆ ਸੀਗਾ ਤਾਂ ਉਹਨਾਂ ਨੇ ਨਾ ਮਨਜ਼ੂਰ ਕਰ ਦਿੱਤਾ ਔਰ ਇਹ ਜਿਹੜੀ ਧਰਨਾ ਹੈਗਾ ਜਿਹੜਾ ਇਹ ਕਦੋਂ ਤੱਕ ਇਹ ਤਾਂ ਹਜੇ ਤਾਂ ਅਣਮਿੱਥੇ ਸਮੇਂ ਲੜੇ ਜਦ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਜਿਹੜੇ ਵਿਅਕਤੀ ਕੰਮ ਕਰਾਉਣ ਲਈ ਆਉਂਦੇ ਨੇ ਉਹਨਾਂ ਦੇ ਕੰਮ ਕੌਣ ਕਰੇਗਾ ਜਿਹੜੇ ਛੋਟੇ ਮੋਟੇ ਕੰਮ ਆ ਜਿਵੇਂ ਸਰਟੀਫਿਕੇਟ ਜਾਤੀ ਸਰਟੀਫਿਕੇਟ ਉਹ ਕਰਾਂਗੇ ਬਾਕੀ ਤਾਂ ਫਿਰ ਹੜਤਾਲ ਖੋਲ੍ਹਣ ਤੋਂ ਬਾਅਦ ਹੀ ਕਰਾਂਗੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਤਾ ਤੁਸੀਂ ਹਾਂਜੀ ਹਾਂਜੀ ਇਹਦੇ ਬਾਰੇ ਐਸ ਡੀ ਐਮ ਸਾਹਿਬ ਅਤੇ ਆਪਣੇ ਤਹਿਸੀਲਦਾਰ ਸਾਹਿਬ ਤੱਕ ਮਤਾ ਆਪਾਂ ਨੇ ਦੇ ਦਿੱਤਾ ਅੱਜ ਕੱਲ੍ਹ ਕਹਿੰਦੇ ਆ ਇਲਜ਼ਾਮ ਲਾਉਣਾ ਅਤੇ ਭਾਜਣਾ ਇੱਕ ਫੈਸ਼ਨ ਦੀ ਗੱਲ ਬਣ ਚੁੱਕੀ ਹੈ ਇਹੋ ਜਿਹਾ ਡਰਾਮਾ ਕੱਲ੍ਹ ਜਿਹੜਾ ਸਾਡੀ ਤਹਿਸੀਲ 'ਚ ਹੋਇਆ ਸਮਰਾਲੇ ਦੀ ਉਹ ਮੇਰੇ ਧਿਆਨ ਦੇ ਵਿੱਚ ਹੈਗਾ ਮਾਨਕੀ ਪਿੰਡ ਦੇ ਵਿੱਚ ਇੱਕ ਡੇਰਾ ਵੇ ਅਤੇ ਨਿਯਮਾਂ ਅਨੁਸਾਰ ਡੇਰੇ ਦੀ ਜ਼ਮੀਨ ਜਿਹੜੀ ਹੈ ਉਹ ਜਿਹੜਾ ਮਹੰਤ ਉਹ ਐਜ਼ ਏ ਮੈਨੇਜਰ ਐਕਟ ਕਰਦਾ ਵੇ ਉੱਥੇ ਮਾਲਕ ਨਹੀਂ ਹੁੰਦਾ ਉਹ ਚੇਲਾ ਦਰ ਚੇਲਾ ਅੱਗੇ ਜਿਹੜੀ ਹੈ ਉਹ ਮਹੰਤੀ ਚੱਲਦੀ ਜਾਂਦੀ ਹੈ ਉਹ ਜ਼ਮੀਨ ਦੀ ਜਿਹੜੀ ਇਨਕਮ ਹੁੰਦੀ ਹੈ ਉਹ ਵੀ ਆਪਾਂ ਖਰਚ ਨਹੀਂ ਸਕਦੇ ਉਹਦੀ ਐਫ ਡੀ ਬਣਾ ਕੇ ਜਿਹੜੇ ਭਲੇ ਦੇ ਕੰਮਾਂ ਲਈ ਉੱਥੋਂ ਦੇ ਡੇਰੇ ਦੇ ਵਿਕਾਸ ਦੇ ਕੰਮਾਂ ਲਈ ਲਾਉਣੀ ਹੁੰਦੀ ਹੈ ਪਰ ਜੇ ਇਹ ਮਾਨਕੀ ਪਿੰਡ ਦੇ ਕੇਸ ਦੀ ਗੱਲ ਕਰੀਏ ਤਾਂ ਸਾਧੂ ਰਾਮ ਕੁਝ ਚੇਲਾ ਵੇ ਉਹਦੇ ਬੱਚੇ ਜਿਹੜੇ ਉਹਦੀ ਵਿਰਾਸਤ ਆਪਣੇ ਨਾਂ 'ਤੇ ਟ੍ਰਾਂਸਫਰ ਕਰਾਉਣ ਲਈ ਆਏ ਸੀਗੇ ਇਹਦੇ ਲਈ ਉਹ ਮੈਨੂੰ ਲਕਲ ਹਲਕਾ ਵਿਧਾਇਕ ਕੋਲ ਵੀ 2 ਵਾਰੀ ਉਹ ਗਏ ਨੇ ਹਲਕਾ ਵਿਧਾਇਕ ਨੇ ਵੀ ਕਿਹਾ ਵੀ ਮੈਂ ਕਿਸੇ ਗਲਤ ਕੰਮ ਦੇ ਕਿਸੇ ਦਾ ਸਾਥ ਨਹੀਂ ਦੇਣਾ ਸਾਡੇ ਜਗਤਾਰ ਸਿੰਘ ਜੀ ਐੱਮ ਐੱਲ ਏ ਨੇ ਇੱਥੋਂ ਦੇ ਉਹਨਾਂ ਨੇ ਉਹਨਾਂ ਨੂੰ ਮਨਾ ਕਰ ਦਿੱਤਾ ਵੇ ਉਹਨਾਂ ਨੇ ਵੀ ਇਹ ਗੱਲ ਮੇਰੇ ਧਿਆਨ 'ਚ ਲਿਆਂਦੀ ਵੀ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਪਟਵਾਰੀ ਪੈਸੇ ਮੰਗਦਾ ਅਤੇ ਐੱਮ ਐੱਲ ਏ ਸਾਹਿਬ ਨੇ ਕਿਹਾ ਜੇ ਤੇ ਕੋਈ ਪਟਵਾਰੀ ਪੈਸੇ ਮੰਗਦਾ ਨਾ ਕਾਕਾ ਤੂੰ ਵਿਜੀਲੈਂਸ ਨੂੰ ਗਾ ਪੈਸੇ ਦੇ ਦੇ ਜੇ ਪਟਵਾਰੀ ਪੈਸੇ ਦੇ ਕੇ ਜਾਂ ਤਹਿਸੀਲਦਾਰ ਗਲਤ ਕੰਮ ਕਰੇਗਾ ਤਾਂ ਉਹਦੇ ਖਿਲਾਫ਼ ਕਾਰਵਾਈ ਕਰਾਂਗੇ ਸੋ ਉਸ ਤੋਂ ਬਾਅਦ ਇਹਨਾਂ ਨੇ ਐੱਮ ਐੱਲ ਏ ਸਾਹਿਬ ਕੋਲ ਵੀ ਜਾਣਾ ਬੰਦ ਕਰਤਾ ਇਹ ਸਥਿਤੀਆਂ ਇਹ ਵਾਕਿਆ ਸਪੱਸ਼ਟ ਕਰਦੇ ਨੇ ਵੀ ਇਹਨਾਂ ਨੇ ਜਿਹੜਾ ਸਾਰਾ ਇਹ ਕੱਲ੍ਹ ਡਰਾਮਾ ਕੀਤਾ ਵੇ ਆਪਣੀ ਜਿਹੜਾ ਗਲਤ ਜਿਹੜੀ ਇਹ ਰਜਿਸਟਰੀ ਕਰਾਉਣ ਦੇ ਚੱਕਰ ਦੇ ਵਿੱਚ ਕੀਤਾ ਵੇ ਅਤੇ ਸਿਰਫ ਪਟਵਾਰੀ ਦੀ ਜਿਹੜਾ ਕਿ ਪਿਛਲੇ 7-8 ਮਹੀਨੇ ਤੋਂ ਜੋਬ 'ਚ ਆਇਆ ਉਹਦੀ ਛਵੀ ਖਰਾਬ ਕਰਨ ਲਈ ਕੀਤਾ ਗਿਆ ਵੇ ਉਸ ਤੋਂ ਬਾਅਦ ਇਹ ਕੱਲ੍ਹ ਮੇਰੇ ਕੋਲ ਵੀ ਆਏ ਸੀਗੇ
ਜਦੋਂ ਮੇਰੇ ਕੋਲ ਆਏ ਤਾਂ ਸਰਪੰਚ ਇਹਨਾਂ ਨੂੰ ਨਾਲ ਲੈ ਕੇ, ਸਰਪੰਚ ਤੋਂ ਪੁੱਛਿਆ ਗਿਆ ਸੀ ਵੀ ਕੀ ਇਹ ਡੇਰੇ ਜ਼ਮੀਨ ਟ੍ਰਾਂਸਫਰ ਹੋ ਸਕਦੀ ਹੈ, ਤਾਂ ਸਰਪੰਚ ਵੀ ਉਸ ਤੋਂ ਬਾਅਦ ਸ਼ਰਮਿੰਦਾ ਜਿਹਾ ਹੋ ਕੇ ਕਹਿ ਗਿਆ ਜੀ ਗਲਤੀ ਹੋ ਗਈ, ਮੈਂ ਇਹਨਾਂ ਦੇ ਨਾਲ ਚੱਲਿਆ ਵਾਂ ਅਤੇ ਅੱਜ ਤੋਂ ਬਾਅਦ ਇਹ ਜ਼ਮੀਨ ਦੇ ਬਾਰੇ ਮੈਂ ਕਦੀ ਇਹਨਾਂ ਦੇ ਨਾਲ ਨਹੀਂ ਚੱਲਾਂਗਾ। ਜਿੱਥੋਂ ਤੱਕ ਇਹਨਾਂ ਦੇ ਖਿਲਾਫ਼ ਪਟਵਾਰੀਆਂ ਤੁਸੀਂ ਕਿਹਾ ਵੀ ਕੰਮ ਬੰਦ ਕਰੀ ਬੈਠੇ ਨੇ, ਹਾਂ ਬਿਲਕੁਲ ਮੇਰੇ ਧਿਆਨ 'ਚ ਪਟਵਾਰੀ ਕੰਮ ਬੰਦ ਕਰੀ ਬੈਠੇ ਨੇ। ਤਹਿਸੀਲਦਾਰ ਸਾਹਿਬ ਵੱਲੋਂ DSP ਸਾਹਿਬ ਨੂੰ ਲਿਖਿਆ ਜਾ ਰਿਹਾ ਵੇ ਵੀ ਇਹਦੇ ਖਿਲਾਫ਼ ਜੋ ਵੀ ਬੰਦਾ ਜਿਹਨੇ ਕੱਲ੍ਹ ਇਹ ਸਰਕਾਰੀ ਕੰਮ 'ਚ ਵਿਘਨ ਪਾਇਆ ਜਾਂ ਪਟਵਾਰੀਆਂ ਦੀ ਛਵੀ ਖਰਾਬ ਕੀਤੀ ਹੈ ਜਾਂ ਵੀ ਉਹ ਗਲਤ ਕੰਮ ਕਰਨ ਲਈ ਆਪਣਾ ਅੱਗੇ ਵਧਿਆ ਵੇ ਡੇਰੇ ਜ਼ਮੀਨ ਨੂੰ ਖਾਣ ਲਈ, ਉਸ ਸੰਬੰਧੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਦੇ ਕੀਤੀ ਜਾਏ। ਸਰ ਦੇਖਿਆ ਜਾਵੇ ਉਹ ਇੱਕ ਵਾਰੀ ਜਿਹੜੀ ਉਹ ਰਜਿਸਟਰੀ ਹੋਈ ਵੀ ਹੋਈ ਆ ਉਹਦੇ ਉੱਤੇ ਕੀ ਕਹਿਣਾ ਵਾ ਜਿਹੜੀ ਪਹਿਲਾਂ ਹੋ ਚੁੱਕੀ ਆ? ਹਾਂ ਦੇਖੋ ਜੀ, 2019 ਦੇ ਵਿੱਚ ਇਹ ਜਿਹੜਾ ਚੇਲਾ ਵੇ ਸਰਪੰਚ ਹੈਗਾ ਮਹੰਤ, ਇਹਨਾਂ ਵੱਲੋਂ ਇੱਕ ਰਜਿਸਟਰੀ ਪਹਿਲਾਂ ਕਰਵਾ ਦਿੱਤੀ ਗਈ, ਉਹਦੀ ਜਿਹੜੀ ਇਹ ਕਿ ਉਸ ਮੌਕੇ 'ਤੇ ਕਿਹੜਾ ਤਹਿਸੀਲਦਾਰ ਸੀ ਜਾਂ ਕਿਹੜਾ ਪਟਵਾਰੀ ਸੀ ਉਹਦੀ ਛਾਣਬੀਣ ਕੀਤੀ ਜਾ ਰਹੀ ਹੈ, ਅਤੇ ਜਿਨ੍ਹਾਂ ਨੇ ਵੀ ਇਸ ਡੇਰੇ ਦੀ ਜ਼ਮੀਨ ਦੀ ਰਜਿਸਟਰੀ ਕੀਤੀ ਉਹਨਾਂ ਖਿਲਾਫ਼ ਕਾਰਵਾਈ ਬੰਦੀ ਕੀਤੀ ਜਾਏਗੀ।